वेलकम है जी तुहाडा तुहाडे अपने चैनल ते जिहदा नाम है विक्रांत व्लॉग। अज असीं आए हैं जी सूद फार्म ते तुहानू मैं अज डॉग्स दिखाना इन्हां दे कोल किहड़े किहड़े हैगे आ ते होर भी जिहड़ी आ पंछी किहड़े किहड़े हैगे आ। इन्हां कोल घोड़ी भी हैगी आ, ईमो, बत्तखां, होर बहुत चीज़ां हैगियां, सब तुहानू मैं दिखाना हैगा वा। तुसीं व्लॉग दे विच बने रहियो ते व्लॉग नू लास्ट तक देखियो ते जिन्हें जिन्हें चैनल नू सबसक्राइब नहीं कीता होया सबसक्राइब कर दिओ ते लाइक एंड शेयर कर दिओ अपने दोस्तां दे नाल ता कि चैनल नू वध तों वध सपोर्ट मिले। थैंक यू स्टेफी। आ देखो जी जर्मन शेफर्ड स्टेफी। बस मैं गुस्सा नहीं करना। इधर है जी पग हैगे इन्हां कोल। देखो जी आ पग ही पग है, सारे पग लैबरा। आ देखो पग पग आ भी पग हैगा वा। आ लैबरा ब्लैक, आ भी लैबरा वा, आ भी लैबरा वा। आ नीचे ब्लैक कलर का पग हैगा वा। आ देखो जर्मन शेफर्ड डॉर्फी सुता हुआ वा। डॉर्फी आ देखो यहाँ नाम भी लिखा हुआ वा, जर्मन शेफर्ड डॉर्फी। हुण असीं इधर चलते हैं पहला, ठीक है जी। तुहानूं इधर दिखा के लिआना इन्हां कोल जिहड़े वड्डे कुत्ते हैगे आ। इहदे विच कबूतर सीगे, हुण इन्हां ने खरगोश रखे हुए आ। पहलां तां कबूतर हुंदे सीगे, खरगोश तां कोई दिखदा नहीं पिआ। इधर इन्हां ने सारे वड्डे कुत्ते रखे हुए अपने जिहड़े स्टड हैगे इन्हां दे मेन। हुण सिर खा जाना भौंक भौंक के, सुस्ताए हुए आ पूरे। आ देखो जी लैबरा, आ भी लैबरा ब्लैक कलर दे विच। आ देखो जी कौड़ है ना कि रहना टिड्डा जिहा। ਮੈਨੂੰ ਅੱਗੇ ਹੌਟ ਡੋਗ ਕਹਿੰਦਾ ਹੁੰਦਾ ਸੀ ਮੈਂ, ਮੈਨੂੰ ਉਹਨਾਂ ਦੀ ਪਤਾ ਨਹੀਂ ਕਿਹੜੀ ਸੀਗੀ ਨਸਲ, ਮੈਨੂੰ ਭੁੱਲ ਮੂੰਹ ਦੇ ਵਿੱਚ ਸੀਗੀ ਜਵਾਨ ਦੇ ਵਿੱਚ ਆ ਪਰ ਭੁੱਲਦੀ ਪਈ ਆ। ਆਹ ਦੇਖੋ ਜੀ ਗੋਲਡਨ ਰੈਟੀਵਰ, ਹੋਰ ਆ ਇੱਧਰ ਆ ਦੇਖੋ ਜੀ ਸੀਲ ਕੁੱਕੜ। ਆ ਸਾਰੇ ਸੀਲ ਕੁੱਕੜ ਲੱਗੇ ਹੋਏ ਆ। ਆਹ ਕਿਹਨਾਂ ਰੱਖੇ ਹੋਏ ਇੱਥੇ ਦੇਖੋ, ਆਹ ਵਿੱਚ ਫੈਂਸੀ ਵੀ ਹੈਗੇ। ਆਹ ਦੇਖੋ ਅਸੀਲ ਕੁੱਕੜ ਦੇਖੋ ਕਿੱਡਾ ਮੋਟਾ ਹੈਗਾ, ਨਾਲ ਇਹਦੇ ਫੈਂਸੀ ਕੁੱਕੜੀ ਹੈਗੀ ਆ। ਆਖੋ ਅਸੀਲ ਕੁੱਕੜ ਆਖੋ ਦੋਨੋਂ ਬਾਂਗਾ ਦਿੰਦਾ ਨਹੀਂ। ਸੀਲ ਨਹੀਂ ਹੈ ਇਹ ਵੀ ਫੈਂਸੀ ਆ, ਵੈਸੇ ਕੁੱਕੜ ਫੈਂਸੀ ਆ। ਆਹ ਸੀਲ ਆ ਦੇਖੋ ਕਿੱਡਾ ਹੈਗਾ, ਕੱਦ ਕਾਠ ਹੈਗਾ। ਆ ਦੇਖੋ ਜੀ ਆ ਮੂਹਰੇ ਬੈਠਾ ਹੋਇਆ ਇੱਕ ਸਾਹਿਬ ਨੇ, ਆ ਇੱਕ ਆਹ ਹੈਗਾ ਵਾ। ਆਹ ਦੇਖੋ ਗੱਡੇ ਗੱਡੇ ਆ, ਇਹ ਵੀ ਸੀਲ ਹੀ ਆ। ਆਹ ਕਬੂਤਰ ਹੈਗੇ ਆ ਜੀ ਫੈਂਟੇਲ, ਆਹ ਵੀ ਕਬੂਤਰ ਹੈ ਜੀ ਸਾਰੇ ਦੇਖੋ। ਦੇਖੋ ਜੀ ਮੁਰਗਾ, ਜਿਹਦੀਆਂ ਲੱਤਾਂ ਦੇ ਬਾਲ ਹੈਗਾ ਮੁਰਗੇ ਦੇਖੋ। ਕੁੱਕੜੀ ਵੀ ਨਾਲ ਸੇਮ ਹੈਗੀ, ਇਹਦੀ ਵੀ ਲੱਤਾਂ ਦੇ ਦੇਖੋ ਬਾਲ ਕਿੰਨੇ ਲੰਬੇ ਆ। ਆਹ ਦੇਖੋ ਸੀਲ ਕੁੱਕੜ, ਆਹ ਦੇਖੋ ਪ੍ਰਸ਼ੀਅਨ ਕੈਟ, ਇਹ ਸੱਟ ਵਿਚਾਰੇ ਦੇ ਲੱਗੀ ਹੋਈ ਆ। ਕਿੰਨੇ ਹੀ ਆ ਦੇਖੋ, ਹੈਲੋ ਹੈਲੋ ਹੈਲੋ, ਯੈਲੋ ਆਈਜ਼ ਇਹਦੀਆਂ, ਉਹ ਪਿੱਛੇ ਸੁਸਤੀ ਪਈ ਹੋਈ ਉਹਦੇ। ਆਹ ਵੀ ਇੱਕ ਬੈਠਾ ਹੋਇਆ ਵਾ ਸਾਹਿਬ, ਆਹ ਦੇਖੋ ਆਹਦੇ ਵਿਚਾਰੇ ਦੇ। ਆਹ ਦੇਖੋ ਆਹ ਵੀ ਰੰਗ ਸੋਹਣਾ ਵਾ, ਇਹ ਵੀ ਕਿੱਟੀ ਆ। ਆਹ ਦੇਖੋ ਜੀ ਬਾਹਰ ਫ੍ਰੀ ਘੁੰਮਦੇ ਪਏ ਕਬੂਤਰ, ਆਹ ਫੈਂਸੀ ਕੁੱਕੜ ਹੈਗੇ ਆ। ਇਹਦਾ ਹੈਗਾ ਵਾ ਕੋਚਿਨ ਬੇਤਨਮ, ਇਹ ਵੀ ਉਹ ਬਲੈਕ ਦੇ ਵਿੱਚ ਹੈਗੇ ਆ। ਆਹ ਕੁੱਕੜੀ ਆ ਵਿਚਾਰੀ ਇਕੱਲੀ। ਆਹ ਦੇਖੋ ਜੋੜਾ,
ਆ ਵੀ ਜੋੜਾ ਵਾ ਇਹਦਾ ਸ਼ੌਂਕੀ ਬੰਦੇ ਦੇ ਰੱਖਣ ਵਾਲੀ ਚੀਜ਼ਾਂ ਐ ਵਾਲੀਆਂ ਤਾਂ ਸਾਰੀਆਂ ਆ ਦੇਖੋ ਇਹਦਾ ਕਲਰ ਚੈੱਕ ਕਰੋ ਕਿੱਦਾਂ ਦਾ ਕਿੰਨੀ ਸੋਹਣੀ ਲੱਗਦੀ ਆ ਕਲਰ ਦੇਖੋ ਬਸ ਭਰਾ ਬਸ ਦੇਖੋ ਆ ਦੇਖੋ ਕਬੂਤਰ ਇਹਦਾ ਪੈਰਾਂ ਦੇ ਉੱਤੇ ਬਾਲ ਦੇਖੋ ਆ ਦੇਖੋ ਇਹਦਾ ਰੰਗ ਚਿੱਤਕਬਰਾ ਇਹ ਫੁੱਲ ਅਡਲਟ ਆ ਦੇਖੋ ਕੁੱਕੜ ਇਹਦਾ ਕੱਦ ਛੋਟਾ ਜਿਹਾ ਹੀ ਆ ਆ ਦੇਖੋ ਅਲੱਗ ਜਿਹਾ ਪ੍ਰਿੰਟ ਆ ਦੇਖੋ ਕਿਤੇ ਕਿੰਨੇ ਬਾਲ ਆ ਆ ਵੀ ਦੇਖੋ ਜਿੱਦਾਂ ਨਿਗਰਵਾਂ ਦੇ ਬਾਲ ਹੁੰਦੇ ਉੱਦਾਂ ਆ ਦੇਖੋ ਜੀ ਕਬੂਤਰ ਕਿੰਨੇ ਆਖੋ ਬਰੀਡਿੰਗ ਲਈ ਖੁੱਡੇ ਜਿਹੇ ਬਣਾਏ ਹੋਏ ਇਹਨਾਂ ਦੀ ਆਂਡੇ ਦੇਣ ਇਹਦੇ ਵਿੱਚ ਚਿੱਟੇ ਵੀ ਹੈਗੇ ਦੂਸਰੇ ਵੀ ਆ ਚਿਤਕਵਰੇ ਜੇ ਆ ਦੇਖੋ ਜੀ ਖਰਗੋਸ਼ ਇਹ ਹੈਗੇ ਬਰੀਡਿੰਗ ਵਾਸਤੇ ਜਾਲੀ ਕਰਕੇ ਬਲਰ ਹੋ ਜਾਂਦਾ ਵਾ ਖਰਗੋਸ਼ ਆ ਸਲੈਬਾਂ ਥੱਲੇ ਵੜੇ ਹੋਏ ਆ ਉੱਧਰ ਹੈਗੇ ਗਿਨੀ ਪਿਗ ਆ ਦੇਖੋ ਸੁੱਤੇ ਹੋਏ ਸੋਹਣੇ ਸੋਹਣੇ ਜਿਹੇ ਆ ਛੋਟੇ ਛੋਟੇ ਜਿਹੇ ਆਹ ਦੇਖੋ ਛੋਟੇ ਛੋਟੇ ਜਿਹੇ ਦੇਖੋ ਤੁਹਾਨੂੰ ਦਿਖਾਉਂਦਾ ਆਹ ਦੇਖੋ ਛੋਟੇ ਛੋਟੇ ਜਿਹੇ ਤਾਂ ਕਮਰਾ ਪਿੱਛੇ ਦੇਖੋ ਜੀ ਬਾਕੀ ਕੋਈ ਜੇ ਸ਼ੌਕੀਨ ਕਬੂਤਰ ਵਾਲਾ ਦੇਖਦਾ ਪਿਆ ਵਾ ਜਾਂ ਚਿੜੀਆਂ ਜਿਹਨੇ ਸ਼ੌਕੀਨ ਸ਼ੌਂਕ ਆ ਜਿਹਨੂੰ ਉਹ ਦੱਸੇ ਹੈਗਾ ਇਹ ਘੜੇ ਕਾਹਦੇ ਲਈ ਕੰਮ ਆਉਂਦੇ ਹੈਗੇ ਆ ਖੁੱਡਿਆਂ ਦੇ ਵਿੱਚ ਲਾਏ ਹੁੰਦੇ ਕਾਹਤੇ ਲਾਏ ਹੁੰਦੇ ਆ ਇਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਠੀਕ ਹੈ ਜੀ ਆਹ ਦੇਖੋ ਬਜਰੀਗਰ ਕੋਲ ਦੇਖੋ ਕਿੰਨੇ ਸੋਹਣੇ ਲੱਗਦੇ ਦੇਖੋ ਆਹ ਦੇਖੋ ਆਹ ਕਬੂਤਰ ਹੈ ਜੀ ਵੱਖਰੀ ਵੱਖਰੀ ਤਰ੍ਹਾਂ ਦੇ ਫੈਂਸੀ ਆਹ ਦੇਖੋ ਆਹ ਵਿੱਚ ਕੁੱਕੜ ਵੀ ਹੈਗੇ ਆ ਦੇਖੋ ਆਹ ਦੇਖੋ ਆਹ ਨਕਾਬਪੋਸ਼ ਹੈ ਜੀ ਕਬੂਤਰ ਆਹ ਦੇਖੋ ਬਾਲ ਕਿੱਦਾਂ ਇਹਦੇ ਕਰਦਾ ਕਿੱਦਾਂ ਦੇਖੋ ਜੀ ਬਸ ਆਹ ਦੇਖੋ ਕਿੰਨੇ ਸੋਹਣੇ ਪੀਜਨ ਕਿੰਗ ਦਿਲ ਕਰਦਾ ਵੇ ਬੰਦਾ ਇਹਨਾਂ ਨੂੰ ਖੁੱਲ੍ਹਾ ਛੱਡ ਦੇਵੇ ਪਰ ਮਹਿੰਗੇ ਬੜੇ ਆ ਦੇਖੋ ਜੋੜਾ ਕਿੱਦਾਂ ਬੈਠਾ ਕਹਿੰਦਾ ਸੋਹਣਾ ਲੱਗਦਾ ਨੀਚੇ ਵੀ ਇੱਦਾਂ ਹੀ ਆ ਆਹ ਦੇਖੋ ਕਬੂਤਰ ਵਾਲੇ ਖੁੱਲ੍ਹੇ ਘੁੰਮਦੇ ਪਏ ਆਹ ਘੋੜੀ ਇੱਧਰ ਹੈਗੀ ਆਹ ਵੀ ਨਕਾਬ ਪੋਸ਼ ਆ ਜੈਕੋਬਿਨ ਕਹਿ ਦਿੰਦੇ ਇਹਨੂੰ ਪੀਜਨ ਜੈਕੋਬਿਨ ਆਹ ਦੇਖੋ ਗੰਜੇ ਗੰਜੇ ਜੇ ਆਹ ਦੇਖੋ ਬਾਹਰ ਘੁੰਮਦਾ ਪਿਆ ਆਹ ਦੇਖੋ ਜੀ ਘੋੜੀ ਘੋੜੀ ਦੀ ਆ ਜੀ ਬੜੀ ਮਾਰਵਾੜੀ ਹੈ ਜੀ ਚੰਗੀ ਹੈਗੀ ਵਧੀਆ ਵਾ ਵੱਡੇ ਦੇਖੋ ਕਿੰਨੀ ਆ ਉਹ ਵੀ ਇਹਨਾਂ ਨੇ ਰੱਖੇ ਹੋਏ ਆ ਸ਼ਾਇਦ ਵੇਚ ਨਾ ਦਿੱਤੇ ਹੁਣ ਹੋਣੇ ਆ ਵੈਸੇ ਆਹ ਤਾਂ ਇਹਨਾਂ ਨੇ ਗਾਈਆਂ ਆਪਣੇ ਘਰ ਦੇ ਵਾਸਤੇ ਰੱਖੀਆਂ ਹੋਈਆਂ ਵਾ ਉੱਧਰ ਟੋਕਾ ਟੁੱਕਾ ਲੱਗਾ ਹੋਇਆ ਵਾ ਬਸ ਜੀ ਇੱਧਰ ਫਿਰ ਦੂਸਰੀ ਸਾਈਡ ਆ ਜਾਂਦੇ ਹੁਣ ਆਪਾਂ ਆਹ ਦੇਖੋ ਜੀ ਸਿਲਵਰ ਫਿਜ਼ੈਂਟ ਇਹ ਗੋਲਡਨ ਆ ਸੋਰੀ ਨਾਲ ਇਹਦੇ ਇੱਧਰ ਸਿਲਵਰ ਆ ਆਹ ਦੇਖੋ ਇਹ ਅਲੱਗ ਤਰ੍ਹਾਂ ਦੀ ਹੋਰ ਹੈਗੀ ਫਿਜ਼ੈਂਟ ਆਹ ਲਿਖਿਆ ਹੋਇਆ ਗੋਲਡਨ ਆ ਸਿਲਵਰ ਆ ਆਹ ਬੱਤਖ ਇਹਦੇ ਵਿੱਚ ਆਹ ਦੇਖੋ ਰਿੰਗ ਨੈਕ
ਔਰ ਇਹਦੇ ਗਲੇ ਦੇ ਵਿੱਚ ਦੇਖਿਓ ਇੱਦਾਂ ਲੱਗਣਾ ਕੁਝ ਪਿਆ ਹੋਇਆ ਇਹਨੂੰ, ਤਾਂ ਕਰਕੇ ਕਹਿੰਦੇ ਆ ਰਿੰਗ ਨੈਕਡ। ਆਹ ਦੇਖੋ ਜੀ ਬਾਲ ਕਿੱਦਾਂ ਹੈਗੇ ਇਹਨਾਂ ਦੇ ਵੱਡੇ ਵੱਡੇ। ਆਹ ਵੇਖੋ ਆਹ ਕਲਰ ਬਹੁਤ ਸੋਹਣਾ ਦੇਖੋ। ਆਹ ਦੇਖੋ ਜੀ ਵੀ ਜੋੜਾ ਹੈਗਾ ਕੁੱਕੜਾਂ ਦਾ, ਕੁੱਕੜ ਕੁੱਕੜੀ। ਆਹ ਦੇਖੋ ਜੀ ਟਰਕੀ ਦੇ ਬੱਚੇ ਛੋਟੇ ਛੋਟੇ, ਆ ਭਰਾ ਲੈਣ ਆਏ ਆ। ਆਹ ਲੈਣਾ ਭਾਜੀ ਇਹਦਾ ਬੱਚੇ ਵੱਡੇ ਚਾਹੀਦੇ ਮਤਲਬ ਭਾਰੀ ਤੇ ਕਾ ਭਾਜੀ ਆਇਆ ਲੈਣ। ਭਾਜੀ ਕਿੱਦਾਂ ਹੈਗਾ, ਵਧੀਆ ਹੈਗਾ ਸਮਾਨ ਤੁਹਾਨੂੰ ਮਿਲਦਾ ਇੱਥੋਂ? ਵਧੀਆ ਮਿਲਦਾ ਭਾਜੀ। ਹਾਂ ਕੀ ਲੈ ਲਿੱਤਾ ਤੁਸੀਂ ਹੈਗਾ, ਤੁਸੀਂ ਦੱਸ ਦਿਓ ਭਾਜੀ। ਪਤਾ ਕੀ ਚੱਲਿਆ, ਚਕੋਰ ਚਕੋਰਾ ਲਈਆਂ, ਹੋਰ ਖਰਗੋਸ਼ ਖਰਗੋਸ਼ ਲੈ, ਗਿਨੀ ਪਿਗ ਲੈ। ਅੱਛਾ ਤੇ ਹੈ ਕਿੱਥੇ ਤੇ, ਹੁਸ਼ਿਆਰਪੁਰ ਦੇ ਭਾਜੀ? ਨਹੀਂ ਨਹੀਂ ਹਾਂ ਅਸੀਂ ਕਾਂਗੜੇ ਤੋਂ ਹੈ। ਆ ਦੇਖ ਲਓ ਜੀ ਬੰਦਾ ਕਾਂਗੜੇ ਤੋਂ ਆਇਆ ਹੈਗਾ ਵਾ। ਅਸੀਂ ਹੈਗਾ ਧਰਮਸ਼ਾਲਾ ਨੂੰ ਦੌੜਦੇ ਹਾਂ, ਇੱਧਰ ਨੂੰ ਹੁਸ਼ਿਆਰਪੁਰ ਨੂੰ ਆਉਂਦੇ। ਦੇਖੋ ਚੀਜ਼ਾਂ ਲੈਣ ਹੈਗਾ, ਵਧੀਆ ਚੀਜ਼ ਮਿਲ ਜਾਂਦੀ ਇੱਥੋਂ ਹੈਗਾ। ਆਹ ਦੇਖੋ ਜੀ ਛੋਟੇ ਛੋਟੇ ਬੱਚੇ। ਆਹ ਦੇਖੋ ਬਟੇਰਾਂ ਕਿੰਨੀਆਂ ਬਟੇਰਾ ਦੇਖੋ। ਇਹ ਦੇਖੋ ਅਲੱਗ ਅਲੱਗ ਕਲਰ ਦੇ ਵਿੱਚ ਆ, ਵਾਈਟ ਵੀ ਆ, ਹੋਰ ਵੀ ਕਲਰ ਹੈਗਾ ਵਾ, ਚਿਤਕਵਰਾ ਜਿਹਾ ਬਰਾਊਨ, ਜਿੱਦਾਂ ਬਰਾਊਨ ਦੇ ਵਿੱਚ ਵਾਈਟ ਕਰੀਮ ਜਿਹਾ ਕਲਰ। ਆਹ ਦੇਖੋ ਜੀ ਥੋੜ੍ਹੇ ਜਿਹੇ ਵੱਡੇ ਟਰਕੀ ਆ, ਪਹਿਲਾਂ ਬੱਚੇ ਦੇਖੇ ਸੀ, ਆ ਹੁਣ ਥੋੜ੍ਹੇ ਜਿਹੇ ਵੱਡੇ ਆ ਗਏ ਆ। ਇਹ ਟਰਕੀ ਹੈਗੇ ਆ, ਤੁਹਾਨੂੰ ਫੁੱਲ ਸਾਈਜ਼ ਵੀ ਦਿਖਾਉਣਾ ਟਰਕੀ ਦਾ। ਆਹ ਦੇਖੋ ਜੀ ਫੁੱਲ ਸਾਈਜ਼ ਟਰਕੀ ਦੇਖੋ ਕਿੱਡਾ। ਆਹ ਨਾਲ ਇਹਦੇ ਹੈਗੀ ਫੀਮੇਲ, ਆਹ ਦੇਖੋ ਉਹ ਵੀ ਫੀਮੇਲ ਆ, ਉਹ ਵੀ ਫੀਮੇਲ ਆ। ਆ ਜੀ ਵਾਈਟ ਟਰਕੀ ਆ ਗਿਆ, ਇਹਦੇ ਨਾਲ ਵਾਈਟ ਫੀਮੇਲ ਹੈਗੀਆਂ ਵਾ। ਹਾਂ ਭਾਈ ਤੂੰ ਚੀਜ਼ ਦਿਖਾਵਾਂ, ਆ ਛੀ ਸੀਟੀ ਮਾਰੋ, ਸੋਰੀ ਸੀਟੀ ਦੇ ਆ। ਆਹੋ ਵਾਈਟ ਟਰਕੀ ਤੁਹਾਨੂੰ ਚੀਜ਼ ਦਿਖਾਉਣਾ, ਆ ਇੱਦਾਂ ਕਰਦੇ ਸੀਟੀ ਮਾਰਨ ਤੱਕ ਹੁੰਦਾ ਟਰਕੀ। ਆਹ ਦੇਖੋ ਜੀ ਵਾਈਟ ਗਿੰਨੀ ਫੋਲ, ਆ ਇੱਧਰ ਹੈਗੇ ਆ ਜਿਹੜੇ ਡੋਟਡ ਹੁੰਦੇ ਆ, ਡੋਟ 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 ਡੋਟ। ਆਹ ਗਿੰਨੀ ਫੋਲ ਹੈਗੇ ਆ ਸਿੰਪਲ ਵਾਲੇ ਆ, ਆਹ ਵਾਈਟ ਹੈਗੇ ਇੱਧਰ। ਬਾਕੀ ਆਹ ਦੇਖੋ ਜੀ ਇੱਧਰ ਅੰਕਲ ਆਏ ਹੋਏ ਆਪਣੇ ਪਰਿਵਾਰ ਦੇ ਨਾਲ ਹੈਗਾ ਘੁੰਮਣ ਦੇਖਣ। ਆਹ ਦੇਖੋ ਜੀ ਇਮੋ, ਇਹ ਤਾਂ ਮੋਸਟਰ ਹੀ ਲੱਗਦੇ ਹੈਗੇ ਆ ਨਾ ਭਾਈ, ਦੇਖ ਇੱਦਾਂ ਡਰ ਲੱਗਦਾ, ਬੱਚੇ ਦੀ ਜਾਨ ਲੈਣੀ ਹੈ ਤੂੰ। ਦੇਖੋ ਜੀ ਕਿੱਡੇ ਵੱਡੇ ਵੱਡੇ ਆ, ਬੰਦਾ ਬਹਿ ਕੇ ਚਾਹੇ ਦੋ ਗੇੜੀਆਂ ਮਾਰਿਆ ਇਹਦੇ 'ਤੇ, ਜਾਣਾ ਮਾਰ ਰੋਡ ਗੇੜੀ ਮਾਰਨ। ਇਹ ਬਰੀਡਿੰਗ ਪਰਪਸ ਲਈ ਆ, ਇਹ ਹੈਗੇ ਤਿੰਨ ਹੈ ਜੀ ਇਹਨਾਂ ਕੋਲ, ਮੇਰੇ ਖਿਆਲ ਤਾਂ ਇੱਕ ਮੇਲ ਹੈ ਦੋ ਫੀਮੇਲ ਹੋਈਆਂ ਵਾ। ਆਹ ਦੇਖੋ ਜੀ ਬੱਕਰਾ ਕੱਡਾ, ਆਹ ਦੇਖੋ ਜੀ ਚਰਦੀ ਵੀ ਬੱਕਰੀ, ਬੱਕਰਾ ਹੀ ਆ ਸੋਰੀ, ਮੇਰੇ ਖਿਆਲ ਤਾਂ ਇਹ ਵੀ ਜੈਂਡਰ ਮੈਂ ਪੁੱਛਿਆ ਨਹੀਂ ਸੋਰੀ। ਇਹ ਬੱਤਖ ਹੈਗੀ ਆ ਅਲੱਗ ਤਰ੍ਹਾਂ ਦੀ, ਉਹ ਪਰੇ ਜਿਹੜੀ ਹੈਗੀ ਆ ਪੀਲੀ ਚੁੰਝ ਵਾਲੀ ਆਪਾਂ ਦੇਖਦੇ ਹੀ ਹਾਂ ਉਹ ਆ, ਇਹ ਜਿਹੜੀ ਹੈਗੀ ਆ ਇੰਪੋਰਟਡ ਆ, ਆਹ ਵਾਲੀ ਬੱਤਖ ਇਹਦੇ ਇੱਦਾਂ ਕਰਕੇ ਆ। ਆਹ ਦੇਖੋ ਜੀ ਬਾਰਬਰੀ ਬੱਕਰੀ, ਆਹ ਦੇਖੋ ਕਿੰਨੀਆਂ ਹੀ ਆ। ਹੋਪ ਹੈ ਜੀ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ, ਅਤੇ ਤੁਸੀਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਕਰ ਦਿਓ ਵੀਡੀਓ ਨੂੰ। ਅਤੇ ਹੁਣ ਆਪਾਂ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ, ਉਨੀ ਦੇਰ ਲਈ ਬਾਏ, ਥੈਂਕ ਯੂ।